गुड इवनिंग स्टूडेंट्स, कल आपां लैके आए सीगे फॉरेस्ट गार्ड ट्रायल दी कुछ इनफॉर्मेशन जो उत्थे होया सीगा चंडीगढ़ सैक्टर 26 दे विच। ते अज आपां क्योंकि अपना एक स्टूडेंट अज ट्रायल दे के आया है, ते एक गर्ल कलू जाऊगी, मतलब दो कुड़ियां कल जाणगियां, एक तां अज एक स्टूडेंट जाके आया है, उहदा ट्रायल क्लीयर होया है। ते जो उहने इनफॉर्मेशन दित्ती है आपां उह तुहाडे नाल शेयर करन लगे हां। ਇਹਦੇ ਵਿੱਚ ਮੈਨੂੰ ਹੁਣ ਕਈ ਬੱਚਿਆਂ ਨੇ ਕਮੈਂਟ ਵੀ ਕੀਤਾ ਵੀ ਇਨਫੋਰਮੇਸ਼ਨ ਇਨਕੰਪਲੀਟ ਹੈ, ਫਲਾਣਾ ਧਮਕਾਣਾ। ਦੇਖੋ ਅਸੀਂ ਕਿਹੜੇ ਜਾ ਕੇ ਦੇਖਦੇ ਹਾਂ ਉੱਥੇ, ਅਸੀਂ ਵੀ ਬੱਚਿਆਂ ਤੋਂ ਹੀ ਇਨਫੋਰਮੇਸ਼ਨ ਕਲੈਕਟ ਕਰਦੇ ਹਾਂ। ਜੋ ਬੱਚਿਆਂ ਨੇ ਸਾਨੂੰ ਦੱਸਿਆ ਅਸੀਂ ਤੁਹਾਨੂੰ ਦੱਸਤਾ ਵੀ ਅਸੀਂ ਤਾਂ ਬੱਚਿਆਂ ਨੂੰ ਸੇਫ ਰਹਿਣ ਦੇ ਲਈ ਕਹਿੰਦੇ ਹਾਂ ਵੀ ਆਪਣੇ ਸਾਰੇ ਡਾਕੂਮੈਂਟ ਲੈ ਕੇ ਜਾਓ। ਕੋਈ ਪਤਾ ਨਹੀਂ ਹੁੰਦਾ, ਡਾਕੂਮੈਂਟ ਚੈੱਕ ਹੋ ਜਾਣ। ਮੈਂ ਇਹ ਤਾਂ ਨਹੀਂ ਕਿਹਾ ਹੈਗਾ ਵੀ ਡਾਕੂਮੈਂਟ ਚੈੱਕ ਹੋ ਰਹੇ ਨੇ ਉੱਥੇ, ਡਾਕੂਮੈਂਟ ਚੈੱਕ ਹੋ ਸਕਦੇ ਨੇ, ਤੁਸੀਂ ਲੈ ਕੇ ਜਾਓ। ਪਹਿਲੀ ਗੱਲ ਇਹ ਗੱਲ ਕਹੀ ਸੀ ਮੈਂ। ਅਤੇ ਥੱਲੇ ਲਿਖ ਕੇ ਲੋਕ ਕਹੀ ਜਾਂਦੇ ਨੇ ਵੀ ਇਨਫੋਰਮੇਸ਼ਨ ਇਨਕੰਪਲੀਟ ਹੈ। ਸਾਡੇ ਕੋਲ ਜੋ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਉਹ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਹਾਂ, ਪਰ ਕੋਸ਼ਿਸ਼ ਇਹ ਹੁੰਦੀ ਹੈ ਵੀ ਗਲਤ ਇਨਫੋਰਮੇਸ਼ਨ ਪ੍ਰੋਵਾਈਡ ਨਾ ਕਰੀਏ। ਹੁਣ ਅੱਜ ਦੀ ਜੋ ਇਨਫੋਰਮੇਸ਼ਨ ਹੈ, ਸਭ ਤੋਂ ਪਹਿਲੀ ਗੱਲ ਉਹ ਬੰਦਾ ਕਹਿੰਦਾ ਜਿਹੜਾ ਤੁਹਾਡਾ ਲੜਕਾ ਗਿਆ ਸੀ, ਉਹ ਕਹਿੰਦਾ ਵੀ ਸਟਾਰਟਿੰਗ ਅੰਦਰ ਐਂਟਰੀ ਜਿਹੜੀ ਹੁੰਦੀ ਹੈ, ਐਂਟਰੀ ਪਹਿਲਾਂ ਬਾਇਓਮੈਟ੍ਰਿਕ ਹੁੰਦੀ ਹੈ, ਬਾਇਓ ਹੁੰਦੀ ਹੈ ਪਹਿਲਾਂ, ਫਿਰ ਚੈਸਟ ਵਗੈਰਾ ਮੈਜ਼ਰਮੈਂਟ ਹੁੰਦੀ ਹੈ, ਫਿਰ ਹਾਈਟ ਮੈਜ਼ਰ ਹੁੰਦੀ ਹੈ। ਪਹਿਲਾਂ ਇਹ ਤਿੰਨ ਚੀਜ਼ਾਂ ਮੈਜ਼ਰ ਹੁੰਦੀਆਂ ਨੇ। ਫਿਰ ਉਹ ਕਹਿੰਦਾ ਪੈਰਾਂ ਦੇ ਵਿੱਚ ਚਿੱਪ ਲਾਈ ਜਾਂਦੀ ਹੈ ਦੋਵੇਂ ਪੈਰਾਂ 'ਚ, ਦੋਵੇਂ ਪੈਰਾਂ 'ਚ ਚਿੱਪ ਲਗਾਈ ਜਾਂਦੀ ਹੈ। ਫਿਰ ਜਿਹੜੇ ਨਾ ਉੱਥੇ ਦੋ ਵਾਰ ਮਤਲਬ ਬੀਪ ਵੱਜਦੀ ਹੈ, ਕਹਿ ਲਓ ਵੀ ਜਿਹੜਾ ਉਹ ਲੱਗਿਆ ਹੋਇਆ ਤੁਹਾਡਾ, ਕਹਿ ਲਓ ਵੀ ਜਿਵੇਂ ਬੈੱਲ ਲਾ ਲਓ, ਬੈੱਲ ਵੱਜਦੀ ਹੈ ਦੋ ਵਾਰ। ਪਹਿਲੀ ਵਾਰ ਤਾਂ ਸਟਾਰਟਿੰਗ 'ਤੇ ਬੈੱਲ ਵੱਜਦੀ ਹੈ, ਸਟਾਰਟਿੰਗ 'ਤੇ ਬੈੱਲ ਵੱਜਦੀ ਹੈ। ਸੈਕਿੰਡ ਟਾਈਮ ਜਦੋਂ ਐਂਡ ਹੋਣ ਵਾਲਾ ਹੁੰਦਾ ਉਦੋਂ ਬੈੱਲ ਵੱਜਦੀ ਹੈ। ਉਹਨੇ ਇਹ ਵੀ ਦੱਸਿਆ ਵੀ ਤੁਸੀਂ ਆਪਣੀ ਵਾਚ ਜ਼ਰੂਰ ਲੈ ਕੇ ਜਾਓ, ਕੋਈ ਰੋਕ ਨਹੀਂ ਹੈਗੀ ਵਾਚ 'ਤੇ, ਵਾਚ ਨੂੰ ਤੁਸੀਂ ਹੱਥ 'ਤੇ ਬੰਨ ਕੇ ਲੈ ਕੇ ਜਾਓ, ਕਿਉਂਕਿ ਆਪਣੇ ਗੇੜੇ ਆਪ ਕਾਊਂਟ ਕਰਨੇ ਹੈ, ਆਪਣੇ ਗੇੜੇ ਆਪ ਕਾਊਂਟ ਕਰੋ। ਬੱਚੇ ਉੱਥੇ ਪੁੱਛਦੇ ਹੈ ਉਹਨਾਂ ਨੂੰ ਸਾਡੇ ਕਿੰਨੇ ਗੇੜੇ ਹੋ ਗਏ, ਇੱਦਾਂ ਦੀ ਕੋਈ ਫਿਰ ਉਹ ਦੱਸਦੇ ਨਹੀਂ ਹੈ, ਮਤਲਬ ਟਾਈਮ ਖਰਾਬ ਹੁੰਦਾ, ਦੱਸ ਤਾਂ ਦੇਣਗੇ, ਟਾਈਮ ਖਰਾਬ ਹੁੰਦਾ। ਅਤੇ ਤੁਹਾਨੂੰ ਉਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਹੈ, ਆਪਣੇ ਹੱਥ 'ਤੇ ਘੜੀ ਲਗਾ ਕੇ ਜਾਓ, ਦੂਜਾ ਆਪਣੇ ਗੇੜੇ ਆਪ ਕਾਊਂਟ ਕਰੋ। ਫਿਰ ਉਹਨਾਂ ਨੇ ਇਹ ਦੱਸਿਆ ਵੀ ਜੇ 100 ਬੱਚਾ ਭੱਜਦਾ ਹੈ ਤਾਂ ਉਹਦੇ ਵਿੱਚੋਂ 25 ਬੱਚੇ ਟਰਾਇਲ ਕੱਢ ਰਹੇ ਨੇ, 100 ਚੋਂ 25 ਟਰਾਇਲ ਕੱਢ ਰਹੇ ਨੇ ਰਨਿੰਗ ਵਾਲਾ। ਜਿਹੜੇ ਕਹਿੰਦੇ ਨੇ ਅਸੀਂ ਤੁਰ ਕੇ ਕੱਢ ਲਾਂਗੇ, ਭਾਈ ਤੁਰ ਕੇ ਕੱਢਣੇ ਵਾਲੇ ਧਿਆਨ ਨਾਲ ਸੁਣ ਲਓ ਵੀ ਆਪਣਾ ਭੱਜਣਾ ਤਾਂ ਪਊਗਾ ਹੀ, ਤਾਂ ਹੀ ਟਰਾਇਲ ਨਿਕਲੂਗਾ, ਤੁਰ ਤਰਕੇ ਵਾਲਾ ਪੰਗਾ ਨਾ ਲਿਓ। ਫਿਰ ਉਹਨੇ ਲੜਕੇ ਨੇ ਇਹ ਦੱਸਿਆ ਵੀ ਤੁਸੀਂ ਜੇ ਮੰਨ ਲਓ ਕਿਸੇ ਬੱਚੇ ਨੂੰ ਇਹ ਸ਼ੌਂਕ ਆ ਵੀ ਹੈੱਡਫੋਨ ਲਾ ਕੇ ਭੱਜ ਸਕਦਾ ਹੋ, ਤੁਸੀਂ ਹੈੱਡਫੋਨ ਲਗਾ ਸਕਦੇ ਹੋ ਆਪਣੇ, ਕੋਈ ਕਿਸੇ ਨੂੰ ਉੱਥੇ ਰੋਕ ਟੋਕ ਨਹੀਂ ਹੈਗੀ, ਹੈੱਡਫੋਨ ਲਗਾ ਸਕਦੇ ਹੋ, ਪਾਣੀ ਲਿਜਾ ਸਕਦੇ ਹੋ, ਖਾਣਾ ਲਿਜਾ ਸਕਦੇ ਹੋ, ਤੁਸੀਂ ਸਾਰਾ ਕੁਝ ਲਿਜਾ ਸਕਦੇ ਹੋ। ਜਦੋਂ ਦਾ ਜਿਹਦਾ ਕਲੀਅਰ ਨਹੀਂ ਹੁੰਦਾ ਉਹ ਰੋਕਦੇ ਕਿਹਨੂੰ ਨੇ, ਮੰਨ ਲਓ ਡੇਢ ਘੰਟਾ ਪੂਰਾ ਹੋ ਗਿਆ, ਡੇਢ ਘੰਟਾ ਪੂਰਾ ਹੋ ਗਿਆ ਤੁਹਾਡਾ ਟਰਾਇਲ ਕਲੀਅਰ ਨਹੀਂ ਹੋਇਆ, ਮਤਲਬ ਤੁਹਾਡੀ ਰਨਿੰਗ ਕਲੀਅਰ ਨਹੀਂ ਹੋਈ, ਤਾਂ ਉਸ ਬੰਦੇ ਨੂੰ ਰੋਕਦੇ ਨੇ ਵੀ ਭਾਈ ਮੁੜਿਆ, ਹੁਣ ਬਹੁਤ ਹੋ ਗਿਆ, ਬਥੇਰੀ ਰਨਿੰਗ ਕਰ ਲਈ, ਆ ਜਾ ਵੀ ਟਾਈਮ ਪੂਰਾ ਹੋ ਗਿਆ। ਬਾਕੀ ਜਿਹਦਾ ਟਾਈਮ 'ਤੇ ਕੰਪਲੀਟ ਹੋ ਜਾਂਦਾ ਉਹਨੂੰ ਤਾਂ ਕੁਛ ਵੀ ਨਹੀਂ ਕਹਿੰਦੇ, ਉਸ ਤੋਂ ਬਾਅਦ ਕੰਪਲੀਟ ਹੁੰਦਾ ਅਤੇ ਜੋ ਵੀ ਉਹਨਾਂ ਦੇ ਅੱਗੇ ਫਰਦਰ ਹੁੰਦੀ ਆ ਉਹ ਕਰਕੇ ਬੱਚੇ ਨੂੰ ਘਰ ਭੇਜ ਦਿੰਦੇ ਨੇ। ਅਤੇ ਜਲਦੀ ਇਹਦੀ ਜਿਵੇਂ ਟਰਾਇਲ ਹੋਣ ਤੋਂ ਬਾਅਦ ਜਲਦੀ ਇਹਦੀ ਲਿਸਟ ਬਣ ਕੇ ਆਊਗੀ, ਲਿਸਟ ਦੇ ਹਿਸਾਬ ਨਾਲ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਹਦੀ ਸਿਲੈਕਸ਼ਨ ਹੁੰਦੀ ਹੈ, ਕਿਹਦੀ ਸਿਲੈਕਸ਼ਨ ਨਹੀਂ ਹੁੰਦੀ। ਤਾਂ ਜੇ ਕੋਈ ਹੋਰ ਵੀ, ਕਿਉਂਕਿ ਕੱਲ੍ਹ ਨੂੰ ਦੋ ਲੜਕੀਆਂ ਨੇ ਜਾਣਾ ਹੈ, ਕੋਈ ਇਨਫੋਰਮੇਸ਼ਨ ਮਿਲਦੀ ਹੈ ਆਪਾਂ ਤੁਹਾਨੂੰ ਹੋਰ ਦੱਸਾਂਗੇ। ਅਤੇ ਉਸ ਬੱਚੇ ਨੇ ਸਾਨੂੰ ਗਰਾਊਂਡ ਦੀਆਂ ਵੀ ਦੋ ਵੀਡੀਓਜ਼ ਬਣਾ ਕੇ ਭੇਜੀਆਂ ਸੀਗੀਆਂ, 9 ਸਕਿੰਟ ਦੀ ਅਤੇ 15 ਸਕਿੰਟ ਦੀ, ਵੀ ਦਿਖਦਾ ਜੋ ਗਰਾਊਂਡ ਦੇ ਵਿੱਚ ਉਹ ਅੱਗੇ ਤੁਹਾਨੂੰ ਆਪਾਂ ਦੱਸਾਂਗੇ ਇਸ ਵੀਡੀਓ ਦੇ ਵਿੱਚ।
ਤਾਂ ਜੇ ਇਨਫੋਰਮੇਸ਼ਨ ਵਧੀਆ ਲੱਗੇ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ। ਧੰਨਵਾਦ।